ਅੱਜ ਅਸੀਂ ਪੱਤੂ ਹੀਰਾ ਸਿੰਘ ਵਿਖੇ ਇਕੱਠੇ ਹੋਏ ਹਾਂ, ਈਕੋਸਿਕ ਦੀ ਟੀਮ ਔਰ ਪਿੰਡ ਦੀ ਪੈਡਲ ਸੰਸਥਾ ਦੀ ਟੀਮ, ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ, ਇਹ ਸਾਰਿਆਂ ਦਾ ਇੱਕ ਯੋਗਦਾਨ ਦੇ ਨਾਲ ਅੱਜ ਗੁਰੂ ਨਾਨਕ ਬਾਗ ਦਾ ਆਯੋਜਨ ਕੀਤਾ ਜਾ ਰਿਹਾ, ਇੱਥੇ ਐਸਟੈਬਲਿਸ਼ਮੈਂਟ ਹੋ ਰਹੀ ਹੈ। ਕੁਛ ਚੀਜ਼ਾਂ ਨੂੰ ਅਸੀਂ ਗੱਲਾਂ ਰਾਹੀਂ ਨਹੀਂ ਸਮਝਾ ਸਕਦੇ, ਤਾਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਇੱਥੇ ਆਉਣ ਔਰ ਇੱਥੇ ਇੱਕ ਨਜ਼ਾਰਾ ਦੇਖਣ, ਗੁਰੂ ਨਾਨਕ ਬਾਗ ਦਾ ਨਜ਼ਾਰਾ ਦੇਖਣ। ਇਹ ਧਰਤੀ 'ਤੇ ਇਕਲੌਤਾ ਇੱਕ ਐਸਾ ਬਾਗ ਬਣਨ ਜਾ ਰਿਹਾ ਜਿਹਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਦਰੱਖਤਾਂ ਦਾ ਜਿਨ੍ਹਾਂ ਦਾ ਵਰਣਨ ਹੈਗਾ, ਜਿਨ੍ਹਾਂ ਦਾ ਜ਼ਿਕਰ ਹੈ, ਉਹ ਇੱਥੇ ਲਗਾਏ ਜਾ ਰਹੇ ਨੇ। ਅਸੀਂ ਇੱਥੇ 5 ਏਕੜ ਜ਼ਮੀਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਿਜ਼ਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅਤੇ ਸਾਧ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਉਸ ਦੁੱਖ ਨੂੰ ਸਾਰਥਕ ਬਣਾਉਣ ਵਾਸਤੇ, ਲਾਈਵਲੀ ਬਣਾਉਣ ਵਾਸਤੇ ਅਸੀਂ ਅੱਜ ਸਾਰੇ ਇੱਥੇ 550 ਰੁੱਖ ਗੁਰੂ ਦੇ ਨਾਮ ਈਕੋਸਿਕ ਵੱਲੋਂ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਦੇ ਅੰਤਰਗਤ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹਾਂ ਜੀ। ਜਿਵੇਂ ਗੁਰਬਾਣੀ ਨਾਲ ਰਿਲੇਟਡ ਹੈਗੇ ਆ, ਈਵਨ ਕਿ ਮੈਨੂੰ ਵੀ ਨਹੀਂ ਕਈ ਦਰਖਤ ਪਤਾ ਸੀਗੇ ਵੀ ਜਿਹੜੇ ਵੀ ਬਾਣੀ 'ਚ ਆਉਂਦੇ ਹੈਗੇ ਆ ਵੀ ਕਿਹੜਾ ਦਰਖਤ ਕਿਵੇਂ ਹੈਗਾ, ਅਤੇ ਸਭ ਦੇਖ ਕੇ ਪਤਾ ਲੱਗਿਆ ਇੱਥੇ। ਜਦੋਂ ਆਉਣ ਵਾਲੇ ਸਮੇਂ 'ਚ ਜਦੋਂ ਵਧੀਆ ਬਾਗ ਬਣ ਜਾਣਾ ਇੱਥੇ, ਇੱਕ ਖਿੱਚ ਦਾ ਕੇਂਦਰ ਬਣ ਜਾਣਾ, ਆਪਾਂ ਬੱਚਿਆਂ ਨੂੰ ਲਿਆ ਕੇ ਵੀ ਦਿਖਾ ਸਕਦੇ ਹਾਂ ਵੀ ਕਿਹੜਾ ਦਰਖਤ ਕਿਵੇਂ ਹੈਗਾ, ਕੀ ਫਾਇਦੇ ਹੈਗੇ ਆ। ਇੱਥੇ ਸਾਰੀਆਂ ਸੰਗਤਾਂ ਆ ਕੇ ਜਿਹੜੇ ਰੁੱਖ ਨੂੰ ਨਾਲ ਦੇਖ ਸਕਦੀਆਂ, ਨਾਲ ਗੁਰਬਾਣੀ ਦੀਆਂ ਤੁੱਕਾਂ ਵੀ ਪੜ੍ਹ ਸਕਦੀਆਂ ਢੁੱਕਦੀਆਂ। ਸੋ ਚੰਦਨ ਦੇ ਨਾਲ ਜਿਹੜੀ ਗੁਰਬਾਣੀ ਦੀ ਤੁੱਕ ਹੈ ਉਹ ਦਿੱਤੀ ਗਈ ਹੈ, ਨਿੰਮ ਦੇ ਨਾਲ ਢੁੱਕਦੀ ਤੁੱਕ ਉਹ ਵੀ ਲਿਖੀ ਗਈ ਹੈ, ਨਾਲ ਉਹਦੇ ਬੋਟੈਨੀਕਲ ਨੇਮ, ਅੰਗਰੇਜ਼ੀ ਨੇਮ, ਪੰਜਾਬੀ ਨੇਮ, ਇਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ। ਸੋ ਕੇਵਲ ਨਾ ਕੇਵਲ ਇਹ ਸਿੱਖ ਕਮਿਊਨਿਟੀ ਨੂੰ ਬਲਕਿ ਇਹਦੇ ਨਾਲ ਨਾਲ ਜਿਹੜੀ ਭਾਰਤ ਦੀਆਂ ਹੋਰ ਕਮਿਊਨਿਟੀਜ਼ ਨੇ ਉਹਨਾਂ ਨੂੰ ਵੀ ਇਹ ਸੁਨੇਹਾ ਦਊਗੀ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਗੁਰਬਾਣੀ ਵਿੱਚ ਰੁੱਖਾਂ ਦਾ, ਕੁਦਰਤ ਦਾ ਪਿਆਰ ਭਰਿਆ ਹੈ, ਉਹ ਕਿਸ ਸੰਦਰਭ ਨਾਲ, ਕਿਸ ਪਰਸਪੈਕਟਿਵ ਤੋਂ ਲਿਖਿਆ, ਨਿੰਮ ਦੇ ਜਿਹੜੇ ਰੁੱਖ ਦੀ ਸ਼ੁਰੂਆਤ ਪੰਜਾਂ ਸਿੰਘਾਂ ਵੱਲੋਂ ਕੀਤੀ ਗਈ ਹੈ ਅਤੇ ਬਾਕੀ ਹੁਣ ਸਾਰੀਆਂ ਪ੍ਰਜਾਤੀਆਂ ਦੇ ਰੁੱਖ ਲੱਗ ਰਹੇ ਨੇ। ਅਤੇ ਸਾਰੀਆਂ ਦੂਰ ਦੁਰਾਡੇ ਬੈਠੀਆਂ ਸੰਗਤਾਂ ਨੂੰ ਇਹੀ ਬੇਨਤੀ ਹੈ, ਜਦੋਂ ਵੀ ਪੰਜਾਬ ਤੁਸੀਂ ਆਓ ਜਾਂ ਮੋਗੇ ਦੇ ਕੋਲ ਆਓ, ਪੱਤੋ ਹੀਰਾ ਸਿੰਘ ਪਿੰਡ ਵਿਖੇ ਗੁਰੂ ਨਾਨਕ ਬਾਗ ਨੂੰ ਜ਼ਰੂਰ ਦੇਖ ਕੇ ਜਾਓ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਇਕੱਲੇ ਪੰਜਾਬ ਤੱਕ ਦੀ ਸੀਮਤ ਨਹੀਂ, ਪੂਰੇ ਵਿਸ਼ਵ ਦੇ ਲੋਕ ਜਿਹੜੇ ਧਰਮਾਂ 'ਤੇ ਕੰਮ ਕਰਦੇ ਆ, ਪ੍ਰਕਿਰਤੀ 'ਤੇ ਕੰਮ ਕਰਦੇ ਆ, ਉਹ ਇਹ ਜਾਣ ਸਕਣ ਕਿ ਸਿੱਖ ਧਰਮ ਨਾਲ ਕਿਹੜੇ ਰੁੱਖ ਜੁੜੇ ਹੋਏ ਆ ਅਤੇ ਉਹ ਵੇਖਣ ਦੇ ਵਿੱਚ ਕਿੱਦਾਂ। ਸੋ ਉਮੀਦ ਕਰਦਾ ਕਿ ਇਹੋ ਜਿਹੇ ਸਥਾਨ ਜਿਹੜੇ ਅਸੀਂ ਅੱਜ ਇੱਕ ਇਤਿਹਾਸ ਰਚਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਸ਼ੁਰੂਆਤ ਕੀਤੀ ਆ, ਕਿ ਇਹਨਾਂ ਦੀ ਗਿਣਤੀ ਆਪ ਸਭ ਲੋਕਾਂ ਦੇ ਸੱਜਣਾਂ ਦੇ ਸਹਿਯੋਗ ਨਾਲ ਅਸੀਂ ਧਰਤ 'ਤੇ ਹੋਰ ਵਧਾਈ। ਅਸੀਂ 2012 ਦੇ ਵਿੱਚ ਪਾਰਕ ਦੇ ਕੰਮ ਸ਼ੁਰੂ ਕੀਤੇ ਸੀ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ, ਉਹ ਅੱਜ ਅਗਲੇ ਪੜਾਅ ਚਲੇ ਗਿਆ। ਅੱਜ ਇਹ ਇੱਕ ਤਰ੍ਹਾਂ ਦਾ ਪੰਜਾਬ ਦਾ ਅਤੇ ਸਾਰੇ ਦੁਨੀਆਂ ਦਾ ਪ੍ਰੋਜੈਕਟ ਬਣ ਗਿਆ ਜੀ, ਕਿਉਂਕਿ ਇੱਥੇ ਗੁਰੂ ਨਾਨਕ ਬਾਗ ਦੀ ਸ਼ੁਰੂਆਤ ਹੋਈ ਆ, ਅਤੇ ਸਾਡੇ ਵਾਸਤੇ ਬਹੁਤ ਹੀ ਮਾਣ ਦੀ, ਬਹੁਤ ਹੀ ਸਤਿਕਾਰ ਦੀ ਗੱਲ ਆ ਜੀ। ਅਸੀਂ ਗੁਰੂ ਸਾਹਿਬ ਦਾ, ਆਈਆਂ ਸੰਗਤਾਂ ਦਾ, ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਨਾਲ ਵੀਰ ਜੀ ਨਰਦੇਵ ਸਿੰਘ ਜੀ ਪਿੰਡ ਤੋਂ, ਅਤੇ ਨਾਲੇ ਵੀਰ ਜੀ ਭੁਪਿੰਦਰ ਸਿੰਘ ਜੀ, ਅਤੇ ਇਹਨਾਂ ਦੀ ਦੇਖ ਰੇਖ ਹੇਠ ਜਿਹੜੇ ਇਹ ਸਾਰੀ ਟੋਏ 'ਤੇ ਪਟਾਈ ਹੋਈ ਹੈ। ਜਿਹੜਾ ਉਦਮ ਇਹਨਾਂ ਵੀਰਾਂ ਨੇ ਕੀਤਾ ਉਹਦੀ ਮੈਂ ਪ੍ਰਸ਼ੰਸਾ ਲਫਜ਼ਾਂ 'ਚ ਨਹੀਂ ਕਰ ਸਕਦਾ, ਜਾਣੇ ਇਹੀ ਕਹਿ ਸਕਦੇ ਹਾਂ ਕਿ ਸੇਵਾ ਮਹਾਰਾਜ ਨੇ ਆਪ ਇਹਨਾਂ ਤੋਂ ਲਈ ਹੈ। ਦਿਸ ਇਜ਼ ਅ ਬਲੈਸਿੰਗ ਕਿ ਦੇ ਆਰ ਹੇਅਰ, ਸਟਿਕਸ ਲੱਗੀਆਂ ਹੋਈਆਂ, ਟੋਏ ਪੱਟੇ ਪਏ, ਐਂਡ ਅਪਾਰਟ ਫਰੋਮ ਦੈਟ ਇਹਨਾਂ ਦੀ ਇੰਸਪੀਰੇਸ਼ਨ ਸਦਕਾ ਆ ਸਾਡੇ ਸਾਰੇ ਛੋਟੇ ਵੀਰ ਪਿੰਡ ਦੇ ਜਿਹੜੇ ਨਿੱਘੇ ਨਿੱਘੇ ਨਿਆਣੇ, ਇਹ ਵੀ ਸਾਰੇ ਕੰਮਾਂ ਨੂੰ ਲੱਗੇ ਹੋਏ ਆ ਕਿ ਸਾਡੀ ਆਉਣ ਵਾਲੀ ਪਨੀਰੀ ਹੈ ਉਹ ਵੀ ਸੇਵਾ ਦੇ ਲਈ, ਕੁਦਰਤ ਦੀ ਸੇਵਾ ਲਈ ਐਂ ਤਿਆਰ ਹੋ ਰਹੀ ਆ। ਇੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਨੇ ਵਰਤਾਏ ਜੋ ਬਾਣੀ ਦੇ ਵਿੱਚ, ਜੋ ਦਰਖਤਾਂ ਨੂੰ ਪਹਿਲ ਦਿੱਤੀ ਗਈ ਆ ਬਾਣੀ ਦੇ ਵਿੱਚ,
ਜਿਵੇਂ ਸਿੰਬਲ ਹੈ, ਹੋਰ ਕਈ ਦਰਖਤ ਹੈ, ਇਹਨਾਂ ਨੇ ਉਹਨਾਂ ਦੇ ਫੋਟੋ ਵੀ ਲਏ ਆ ਉਹਨਾਂ ਚੀਜ਼ਾਂ ਦੇ, ਸਾਰਿਆਂ ਦੇ ਇੱਥੇ ਫਿਰ ਤੁਰ ਕੇ ਇਹਨਾਂ ਦੋਨਾਂ ਵੀਰਾਂ ਨੇ ਕਾਰੋਬਾਰ ਜਾਂ ਦਿਖਾਇਆ, ਤਾਂ ਤੱਕ ਦਿਖਾਉਣਗੇ ਅਸੀਂ ਲੋਕਾਂ ਨੂੰ, ਵੀਰਾਂ ਨੂੰ, ਭਰਾਵਾਂ ਨੂੰ, ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ, ਜਿੱਥੋਂ ਤੱਕ ਵੀ ਗਾਂਧੀ ਗਾਉਂ ਕੇ ਮੇਰਾ ਵੀਰ ਭਰਾ ਇਹ ਚੀਜ਼ ਨੂੰ ਗਾ ਵੀਡੀਓ ਕਰੂਗਾ, ਉਹ ਆਣ ਕੇ ਪੱਤੋ ਦਾ ਆਣ ਕੇ ਜ਼ਰੂਰ ਦੇਖੇ। ਉਹਨਾਂ ਨੂੰ ਦਿਖਾਉਣ ਵਾਸਤੇ ਇੱਕੋ ਜਗ੍ਹਾ ਦੇ ਉੱਤੇ ਇਸ ਤਰੀਕੇ ਨਾਲ ਇਕੱਠ ਕਰ ਰਹੇ, ਇਕੱਠਾ ਕਰਦੇ ਨਾਲ ਮੇਰਾ ਖਿਆਲ ਹੈ ਵੀ ਇਸ ਤੋਂ ਵਧੀਆ ਉਪਰਾਲਾ ਉਹਨਾਂ ਦੇ ਜਨਮ ਦਿਨ 'ਤੇ ਹੋ ਨਹੀਂ ਸਕਦਾ। ਅਤੇ ਇਹ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਇਹ ਇੱਕ ਇਹੋ ਜਿਹਾ ਇਤਿਹਾਸਿਕ ਪਿੰਡ ਹੋ ਜਾਣਾ ਵੀ ਉਹ ਕਿਆ ਕਰਨਗੇ ਗੁਰੂ ਕਾ ਬਾਗ ਉੱਥੇ ਦੇਖਣ ਜਾਂਦੇ।